ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਬਣਾਉਣੇ ਆ ਖੀਰ ਪੂੜੇ। ਮੈਂ ਕਦੀ ਕਈ ਦਿਨਾਂ ਦੀ ਕਰਾਰੀ ਜਿਹੜੀ ਹੋਈ ਸੀ, ਕਹਿੰਦੀ ਮੈਂ ਖੀਰ ਪੂੜੇ ਬਣਾਉਣੇ, ਖੀਰ ਪੂੜੇ ਬਣਾਉਣੇ, ਮੈਂ ਹਲੇ ਅਵੋਇਡ ਕਰ ਰਿਹਾ ਸੀ, ਬਟ ਇਹ ਟਲੀ ਨਹੀਂ ਹੈਗੀ। ਅੱਜ ਇਹਨੇ ਬਣਾ ਖੀਰ ਬਣਾ ਕੇ ਰੱਖੀ ਹੋਈ ਆ ਆਲਰੇਡੀ, ਅਤੇ ਇਹਦੇ ਵਿੱਚ ਸੈਫਰੋਨ ਹੈ ਨਾ ਆਪਾਂ ਔਡਰ ਕੀਤਾ ਸੀਗਾ, ਕੇਸਰ ਉਹ ਵਾਲੀ ਬਣਾਈ ਹੈ, ਅਤੇ ਪੂੜੇ ਬਣਾਉਣ ਦਾ ਇਹਨੇ ਸੈਟਅਪ ਜੋ ਉਹਦੇ ਕੀਤਾ ਹੋਇਆ ਵਾ। ਅੱਜ ਵੈਸੇ ਹੈਗੀ ਆ 1 ਅਪ੍ਰੈਲ, ਅਪ੍ਰੈਲ ਫੂਲ ਡੇ ਕਹਿੰਦੇ ਨੇ ਹੈ ਨਾ, ਵੀ ਜਿਹਦੇ ਵਿੱਚ ਮਜ਼ਾਕ ਕਰਦੇ ਨੇ ਲੋਕ ਇੱਕ ਦੂਜੇ ਨੂੰ, ਪ੍ਰੈਂਕ ਕਰਦੇ ਨੇ, ਇੱਦਾਂ ਨਿੱਜਾਂ ਕਰਦੇ ਨੇ। ਬਟ ਆਪਾਂ ਇੱਕ ਚੀਜ਼ ਤੁਹਾਨੂੰ ਜਿਹੜੀ ਕਹਿਣੀ ਹੈ, ਸ਼ਾਇਦ ਤੁਹਾਡੇ 'ਚੋਂ ਕਈਆਂ ਨੂੰ ਲੱਗੇ ਵੀ ਇਹ ਪ੍ਰੈਂਕ ਕਰ ਰਹੇ ਨੇ ਜਾਂ ਅਪ੍ਰੈਲ ਫੂਲ ਬਣਾ ਰਹੇ ਨੇ, ਪਰ ਉਹ ਸੱਚੀ ਗੱਲ ਹੋਊਗੀ ਜੀ। ਇਹ ਸਾਡੇ ਅੱਜ 31 ਮਾਰਚ ਹੈ, ਇੰਡੀਆ ਦੇ ਵਿੱਚ ਜਦੋਂ ਇਹ ਵੀਡੀਓ ਆਉਣੀ ਹੈ, ਇੱਥੇ ਵੀ ਵੈਸੇ ਉਦੋਂ ਤੱਕ 1 ਅਪ੍ਰੈਲ ਹੋਈ ਜਾਣੀ ਹੈ, ਰਾਤ ਨੂੰ ਆ ਜਾਂਦੀ ਹੈ ਵੀਡੀਓ, ਅਤੇ ਉਹ ਹੈਗੀ ਹੈ ਜੀ। ਇਹ ਤੋਂ ਬਾਅਦ ਲਗਭਗ 1 ਮਹੀਨੇ ਲਈ ਨੋ ਮੋਰ ਕੁਕਿੰਗ ਵੀਡੀਓਜ਼, ਜਾਂ ਤੁਸੀਂ ਕਹਿ ਸਕਦੇ ਹੋ ਵੀ ਜਿਹੜੀਆਂ ਟਿਪੀਕਲ ਆਪਾਂ ਚੀਜ਼ਾਂ ਕੁੱਕ ਕਰਦੇ ਹਾਂ। ਹੁਣ ਅਸੀਂ ਜਿਹੜੇ ਬਹੁਤ ਕਮੈਂਟ ਆਏ ਸੀਗੇ, ਸਾਨੂੰ ਵੀ ਉਹ ਚੀਜ਼ ਰਿਅਲਾਈਜ਼ ਹੋ ਰਹੀ ਸੀਗੀ ਵੀ ਅਸੀਂ ਥੋੜ੍ਹਾ ਜ਼ਿਆਦਾ ਅਨਹੈਲਦੀ ਖਾ ਰਹੇ ਹਾਂ, ਅਤੇ ਅੱਜ ਉਹ ਲਾਸਟ ਦਿਨ ਆ ਅਨਹੈਲਦੀ ਵਾਲਾ, ਅਤੇ ਹੁਣ ਅਸੀਂ 1 ਮਹੀਨੇ ਲਈ ਜਾਂ ਤੁਸੀਂ ਕਹਿ ਲਓ ਵੀ 5 ਹਫ਼ਤੇ 35 ਦਿਨਾਂ ਲਈ ਆਪਣੇ ਸਰੀਰ ਉੱਤੇ ਕੰਮ ਕਰਨਾ ਵਾ, ਖਾਣ ਪੀਣ ਦਾ, ਐਕਸਰਸਾਈਜ਼ ਕਰ ਲਓ ਕਿਸੇ ਵੀ ਤਰੀਕੇ ਨਾਲ, ਆਏ ਨਹੀਂ ਹੈਗਾ ਵੀ ਅਸੀਂ ਵਜਨ ਘਟਾਉਣਾ ਜਾਂ ਬਹੁਤ ਕਰਨਾ, ਓਵਰਆਲ ਸਰੀਰ ਨੂੰ ਹੈਲਦੀ ਕਰਨਾ। ਜਦੋਂ ਆਪਾਂ ਓਵਰਆਲ ਆਪਣਾ ਲਾਈਫ ਸਟਾਈਲ ਵਧੀਆ ਰੱਖਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਵੀ ਆਪਣਾ ਵਜਨ ਆਪਣੇ ਆਪ ਜਿਹੜਾ ਆਪਟੀਮਮ ਵੇਟ ਹੁੰਦਾ, ਬਾਡੀ ਆਪਣੇ ਆਪ ਉੱਥੇ ਪਹੁੰਚ ਜਾਂਦੀ ਆ। ਸੋ ਹੁਣ ਕੁਛ ਦਿਨਾਂ ਦੇ ਵਿੱਚ, ਅਗਲਿਆਂ ਦੇ ਵਿੱਚ ਤੁਹਾਨੂੰ ਹੈਲਦੀ ਰੈਸਪੀਆਂ ਦੇਖਣ ਨੂੰ ਮਿਲਣਗੀਆਂ, ਸਲਾਦ ਹੋ ਸਕਦਾ ਜਾਂ ਕੁਛ ਹੋਰ ਹੋ ਸਕਦਾ। ਜਿਹੜਾ ਆਪਾਂ ਦੱਸਿਆ ਸੀ ਵੀ ਆਪਾਂ ਵੇਇੰਗ ਮਸ਼ੀਨ ਲਿਆਂਦੀ ਆ ਅਤੇ ਸਪਰਾਊਟ ਵਾਲਾ ਸਟੈਂਡ ਲਿਆਂਦਾ, ਉਹ ਇਹਦੇ ਵਾਸਤੇ ਲਿਆਂਦਾ ਸੀ ਵੀ ਹੁਣ ਆਪਾਂ 35 ਦਿਨਾਂ ਦੇ ਲਈ ਆਪਾਂ ਕੋਸ਼ਿਸ਼ ਕਰਨੀ ਆ ਆਪਣੇ ਵੱਲੋਂ ਪੂਰੀ, ਹੈ ਨਾ ਵੀ ਇੱਕ ਕਮਿਟਮੈਂਟ ਦੇਣੀ ਹੈ 100% ਵੀ ਅਸੀਂ ਉਹਦੇ ਵਿੱਚ ਆਪਣਾ ਬਾਡੀ ਦਾ ਖਿਆਲ ਰੱਖੀਏ, ਕਲੈਂਜ਼ਿੰਗ ਕਰੀਏ ਬਾਡੀ ਦੀ, ਸਾਫ਼ ਸੁਥਰਾ ਕਰੀਏ ਬਾਡੀ ਨੂੰ, ਵਜ਼ਨ ਘਟਾਈਏ ਅਤੇ ਹੈਲਦੀ ਚੀਜ਼ਾਂ ਖਾਈਏ। ਕਿਉਂਕਿ ਮੇਰੇ ਖਿਆਲ ਜਦ ਇੱਕ ਵਾਰ ਬਾਡੀ ਤੁਹਾਡੀ ਰੀਸੈਟ ਹੋ ਜਾਂਦੀ ਹੈ, ਮੋਟੇ ਮੋਟੇ ਸ਼ਬਦਾਂ 'ਚ ਸਮਝੋ ਆਪਾਂ ਬਾਡੀ ਰੀਸੈਟ ਕਰਨੀ ਆ, ਜਿਵੇਂ ਆਪਾਂ ਫੋਨ ਰੀਸੈਟ ਕਰ ਲੈਂਦੇ ਹਾਂ, ਉਹਤੋਂ ਬਾਅਦ ਆਪਾਂ ਫਿਰ ਅਨਹੈਲਦੀ ਹੋਣਾ ਸ਼ੁਰੂ ਕਰ ਦਿੰਦੇ ਹਾਂ। ਨੋਟ ਸੋ ਅਨਹੈਲਦੀ, ਐਟਲੀਸਟ ਘਰੇ ਬਣਿਆ ਹੁੰਦਾ ਵਾ ਅਤੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕੀ ਚੀਜ਼ਾਂ ਪਾਈਆਂ ਨੇ। ਅਤੇ ਮੈਂ ਕੋਸ਼ਿਸ਼ ਕਰੂੰਗਾ ਵੀ ਅਸੀਂ ਜਿਹੜੀ ਆਪਣੀ ਜਰਨੀ ਕਰਨੀ ਆ 35 ਦਿਨਾਂ ਦੀ, 5 ਹਫ਼ਤਿਆਂ ਦੀ, ਉਹਨੂੰ ਮੈਂ ਆਪਣੇ ਇੰਸਟਾਗ੍ਰਾਮ 'ਤੇ ਜਾਂ ਯੂਟਿਊਬ ਸ਼ਾਰਟਸ 'ਤੇ ਹੀ ਅਪਲੋਡ ਕਰਾਂ। ਇਹ ਨਹੀਂ ਪਤਾ ਮੈਂ ਕਦੋਂ ਕਰੂੰਗਾ, ਕਿਉਂਕਿ ਮੈਂ ਵੀ ਬਿਜ਼ੀ ਹੋਣਾ ਕਦੋਂ ਮੇਰੇ ਤੋਂ ਐਡਿਟ ਹੋਣਗੀਆਂ ਵੀਡੀਓਜ਼, ਬਟ ਅਸੀਂ 1 ਅਪ੍ਰੈਲ ਨੂੰ ਸ਼ੁਰੂ ਕਰਨਾ, ਪਤਾ ਨਹੀਂ ਕਦੋਂ ਵੀਡੀਓ ਸ਼ੁਰੂ ਹੋਣਗੀਆਂ ਅਤੇ 35 ਦਿਨਾਂ ਦੀਆਂ 35 ਵੀਡੀਓਜ਼ ਆਉਣ, ਅਤੇ ਹੋਪਫੁਲੀ ਸਾਡਾ ਸਕਸੈਸਫੁਲ ਰਹੇ, ਸਾਨੂੰ ਪਤਾ ਲੱਗੂ ਵੀ ਅਸੀਂ ਫੇਲੀਅਰ ਹੋਏ ਕਿ ਪਾਸ ਹੋਏ, ਅਤੇ ਉਹ ਗੱਲਾਂ ਕਰਨੀਆਂ ਜੀ। ਇਸ ਲਈ ਅੱਜ ਦੀ ਰੈਸਪੀ ਆ ਜਿਹੜੀ, ਇਹ ਲਾਸਟ ਇੱਦਾਂ ਦੀ ਰੈਸਪੀ ਆ ਜਿਹਦੇ ਵਿੱਚ ਮਿੱਠਾ ਹੋਊਗਾ, ਤੇਲ ਹੋਊਗਾ, ਇੱਦਾਂ ਦੀਆਂ ਚੀਜ਼ਾਂ ਹੋਣਗੀਆਂ। ਸੋ ਆਪਾਂ ਜੀ ਹੁਣ ਬਹੁਤੀਆਂ ਗੱਲਾਂ ਕਰ ਲਈਆਂ, ਵੈਸੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਆਪਣੀ ਰੈਸਪੀ ਸ਼ੁਰੂ ਕਰਦੇ ਹਾਂ। ਅਤੇ ਹੁਣ ਆਪਾਂ ਬਣਾਉਣੇ ਆ ਜੀ ਪੂੜੇ। ਪਹਿਲਾਂ ਮੈਂ ਸਿੰਘ ਸਾਹਿਬ ਨੂੰ ਪੁੱਛਿਆ ਸੀਗਾ ਵੀ ਮਾਲ ਪੂੜੇ ਬਣਾ ਲੈਂਦੇ ਹਾਂ, ਪਰ ਉਹਨਾਂ ਦਾ ਇਹ ਹੈ ਕਿ ਉਹਨਾਂ ਦੇ ਵਿੱਚ ਤੇਲ ਬਹੁਤ ਭਰ ਜਾਣਾ ਕਿਉਂਕਿ ਉਹ ਡੀਪ ਫਰਾਈ ਹੋਣਗੇ, ਅਤੇ ਉਹਦੇ ਵਿੱਚ ਕੋਈ ਹੋਰ ਸਲਿਊਸ਼ਨ ਨਹੀਂ ਹੈਗਾ, ਉਹਨਾਂ 'ਚ ਤੇਲ ਭਰਨਾ ਹੀ ਭਰਨਾ, ਫਿਰ ਤਾਂ ਕਰਕੇ ਹੁਣ ਸਿੰਘ ਸਾਹਿਬ ਕਹਿੰਦੇ ਦੂਸਰੀ ਬਣਾ ਲਾ, ਅਤੇ ਆਪਾਂ ਬਣਾਉਣ ਲੱਗੇ ਹਾਂ। ਅਤੇ ਆਪਾਂ ਨੇ ਇਹਦੇ ਵਿੱਚ ਪਾਉਣ ਲਈ ਇੱਕ ਇਲਾਇਚੀ ਲਈ ਆ ਕੁੱਟ ਕੇ, ਅਤੇ ਥੋੜ੍ਹੀ ਜਿਹੀ ਲਈ ਆ ਸੌਂਫ, ਅਤੇ ਬਾਟੀ ਇੱਕ ਆਟੇ ਦੀ ਲਈ ਆ, ਇਹ ਵਿੱਚ ਐਡ ਕਰ ਲਿਆ ਆਪਾਂ ਨੇ। ਵੈਸੇ ਸੌਂਫ ਮੈਂ ਘੱਟ ਪਾ ਕੇ ਖੁਸ਼ ਹਾਂ, ਪਰ ਜਦੋਂ ਪਿਛਲੀ ਵਾਰ ਬਣਾਏ ਸੀਗੇ ਇੰਡੀਆ ਉਦੋਂ ਕਾਫ਼ੀ ਕਮੈਂਟ ਆਏ ਸੀਗੇ, ਸੌਂਫ ਪਾਉਣੀ ਸੀਗੀ, ਫਿਰ ਤਾਂ ਕਰਕੇ ਆਪਾਂ ਨੇ ਪਾ ਲਈ ਅੱਜ। ਸ਼ੱਕਰ ਆਪਾਂ ਨੇ ਭਿਉਂ ਕੇ ਰੱਖੀ ਸੀਗੀ, ਇਹ ਐਡ ਕਰ ਦਿੰਦੇ ਹਾਂ। ਇਹਨੂੰ ਆਪਾਂ ਨੇ ਘੋਲ ਲਿਆ ਜੀ, ਅਤੇ ਇੱਧਰ ਤਵੇ 'ਤੇ ਤੇਲ ਲਾ ਲਿਆ। ਪਹਿਲਾਂ ਆਪਾਂ ਨੇ ਲੋਹੇ ਵਾਲਾ ਤਵਾ ਹੀ ਲਿਆ ਗਾ, ਅਤੇ ਇਹਦੇ 'ਤੇ ਬਣਾ ਕੇ ਦੇਖਦੇ ਹਾਂ, ਕਿਉਂਕਿ ਉਰੇ ਵਾਲੀ ਹੀਟ ਦਾ ਥੋੜ੍ਹਾ ਫਰਕ ਹੁੰਦਾ ਇੰਡੀਆ ਨਾਲੋਂ, ਤਾਂ ਕਰਕੇ ਪਹਿਲਾਂ ਟਰਾਈ ਕਰਦੀ ਹਾਂ। ਇੰਡੀਆ ਦਾ ਲੋਹੇ ਦੇ ਤਵੇ 'ਤੇ ਹੀ ਬਣਾਉਣੀ ਹੁੰਦੀ ਆ, ਅਤੇ ਜੇ ਬਣ ਗਈ ਤਾਂ ਠੀਕ ਆ, ਸੇਕ ਜ਼ਿਆਦਾ ਆ, ਨਹੀਂ ਤਾਂ ਫਿਰ ਦੂਸਰਾ ਤਵਾ ਲੈ ਲਾਂਗੇ ਨੌਨ ਸਟਿੱਕ ਹੀ। ਅਤੇ ਜੀ ਉਰੇ ਫਿਰ ਪੱਤਾ ਹੈ ਨਹੀਂ, ਪੱਤੇ ਤਾਂ ਹੈਗੇ ਨੇ ਵੈਸੇ ਵੀ ਉਰੇ, ਹੁਣ ਸਰਦ ਰੁੱਤ ਚੱਲ ਰਹੀ ਹੈ ਨਾ, ਉਹਦੇ ਕਰਕੇ ਇੱਥੇ ਦਾ ਪੱਤਾ ਵੀ ਨਹੀਂ ਹੈਗਾ। ਉਹ ਤਾਂ ਮੇਰੇ ਖਿਆਲ 'ਚ ਪਿੱਤਲ ਦੇ ਪਿੱਪਲ ਦੇ ਪੱਤੇ ਨਾਲ, ਪਿੱਪਲ ਦੇ ਪੱਤੇ ਨਾਲ ਕਰਦੇ ਹੁੰਦੇ ਨੇ। ਬਟ ਆਪਾਂ ਹੁਣ ਗੱਤਾ ਵਰਤ ਰਿਹਾ, ਇੱਕ ਗੱਤਾ ਜਿਹਾ ਸੀਗਾ ਸਾਡੇ ਕੋਲ ਛੋਟਾ ਜਿਹਾ, ਅਤੇ ਦੇਖਦੇ ਆ ਕਿੱਦਾਂ ਬਣਦੇ ਆ। ਉੱਠ ਜਾਵੇ ਪਹਿਲਾਂ ਤਾਂ ਉਹ ਵੀ ਥੋੜ੍ਹਾ ਅਜੀਬ ਬਣਦਾ ਹੁੰਦਾ, ਉਹ ਦੂਜੇ ਤੋਂ ਅਸਲੀ ਪਾਉਣ ਸ਼ੁਰੂ ਹੁੰਦੀ ਹੁੰਦੀ ਆ ਬਣਨੀ, ਖੁਸ਼ਬੂ ਪੂਰੀ ਆਉਣ ਲੱਗ ਗਈ ਸ਼ੱਕਰ ਦੀ। ਇਹਨੂੰ ਯਾਰ ਘੋਲਣਾ ਵੀ ਖਾਸ ਔਖਾ ਹੁੰਦਾ, ਮੈਨੂੰ ਤਾਂ ਐਂ ਸੂਈਆਂ ਘੁਲ ਜਾਂਦਾ, ਟਾਈਮ ਲੱਗਦਾ ਇਹਨੂੰ ਘੁਲਣ ਨੂੰ ਵੀ। ਮਿੱਠਾ ਆਪਣੇ ਹਿਸਾਬ ਨਾਲ ਐਡਜਸਟ ਕਰ ਦਿਓ, ਮੈਂ ਕਿਹਾ ਰੱਖਿਆ ਕਿਉਂਕਿ ਖੀਰ ਵੀ ਹੁੰਦੀ ਹੈ ਜਿਹੜੇ ਘੱਟ ਮਿੱਠਾ ਖਾਂਦੇ ਨੇ, ਫਿਰ ਖੀਰ ਵੀ ਮਿੱਠੀ, ਸਾਰਾ ਕੁਝ ਮਿੱਠਾ ਹੋ ਜਾਂਦਾ। ਥੋੜਾ ਜਿਹਾ ਵੱਧ ਹੀ ਰੱਖ ਲੈਣੀ ਹੁੰਦੀ ਹੈ, ਮੈਨੂੰ ਵੱਧ ਹੀ ਵਧੀਆ ਲੱਗਦਾ, ਮੈਨੂੰ ਹੁੰਦਾ ਕਿ ਇਹਦੇ 'ਚ ਵੀ ਪੂਰਾ ਮਿੱਠਾ ਹੋਵੇ ਤੇ ਖੀਰ 'ਚ ਵੀ। ਐਂ ਲੱਗਦਾ ਮੈਂ ਕਲਾੜੀ ਵਾਲੀ ਥਾਂ 'ਤੇ ਹੁੰਦੇ ਆ ਕਿਸੇ ਦੇ, ਐਨ ਜ਼ਿਆਦਾ ਖੁਸ਼ਬੂ ਆਉਣ ਲੱਗ ਗਈ, ਸਾਰੀ ਨਾ ਜਾਵੇ ਬੰਬਾ ਕਿ ਉਹ ਤੇਲ ਲੱਗਿਆ ਹੋਵੇ, ਫੇਰ ਤਾਂ ਕਈ ਵਾਰ ਉੱਠ ਕੱਢਦਾ ਵਾ। ਬਟ ਇੱਕ ਦਿਨ ਵੀ ਹੁੰਦੇ ਨੇ ਯਾਰ, ਮੈਂ ਕਿਹਾ ਕਈ ਦਿਨ ਇਹਦੇ 'ਤੇ ਲੋਹੇ ਵਾਲੇ 'ਤੇ ਕਈ ਵਾਰ ਬਣ ਜਾਂਦੀ ਜੀ, ਕਈ ਵਾਰ ਉਹਦੀਆਂ ਤਿਆਰੀਆਂ ਕਰਨੀਆਂ ਹੁੰਦੀਆਂ। ਆਈ ਨੋ ਕਮੈਂਟ ਸੈਕਸ਼ਨ ਦੇ ਵਿੱਚ ਕਈ ਜਣੇ ਦੱਸਣਗੇ ਵੀ ਐਂ ਪਹਿਲਾਂ ਗਰਮ ਕਰ ਲਈ ਦਾ,
ਗਰਮੀ ਸੀ ਹੁੰਦੀ ਪਰ ਮੈਨੂੰ ਲੱਗਦਾ ਹੁੰਦਾ ਵੀ ਇਹ ਦਿਨ ਹੀ ਆ ਰੋਟਾ ਜਦੋਂ ਇਹਨੇ ਉੱਠਣਾ ਉਦੋਂ ਇਹਨੇ ਉੱਠ ਜਾਣਾ ਨਹੀਂ ਇਹ ਤਾਂ ਮਿੱਠੇ ਵਾਲਾ ਤਾਂ ਉੱਠ ਜਾਂਦਾ ਹੁੰਦਾ ਬੇਸਣ ਵਾਲਾ ਘੱਟ ਉੱਠਦਾ ਹੁੰਦਾ ਬੇਸਣ ਵਾਲਾ ਵੀ ਮੈਂ ਤਾਂ ਦਹੀਂ ਪਾ ਕੇ ਬਣਾਉਣੀ ਹੁੰਦੀ ਆ ਉਹ ਵੀ ਉੱਠ ਜਾਂਦਾ ਹਾਂ ਉਹ ਵੀ ਰਹਿੰਦਾ ਹਾਂ ਇਹਦਾ ਕੱਚਾ ਪਿਆ ਹਲੇ ਅੱਛਾ ਹੀਟ ਘੱਟ ਹੋਣੀ ਹੈ ਨਾ ਉਧਰੀ ਸਾਈਡ ਆ ਦੇਖੋ ਉਹ ਫਿਰ ਮੈਨੂੰ ਐਵੇਂ ਆ ਦੂਜੇ ਪਾਸੇ ਵਾਲਾ ਸੜ ਨਾ ਜਾਵੇ ਮੈਂ ਤਾਂ ਐ ਫਟ ਲਾ ਰਹੀ ਹਾਂ ਥੋੜਾ ਜਿਹਾ ਤਾਂ ਵੀ ਜ਼ਿਆਦਾ ਕਹਿੰਦਾ ਚੱਕਰ ਨਾ ਆ ਜਾਣਾ ਮੈਂ ਇੰਨਾ ਘੁੰਮ ਗਿਆ ਆ ਗਿਆ ਅੱਛਾ ਆ ਦੇਖੋ ਇਧਰੋਂ ਕੱਚਾ ਸੀ ਅਜੇ ਤਾਂ ਹੀ ਉੱਠ ਨਹੀਂ ਰਿਹਾ ਸੀਗਾ ਪਰ ਗੱਲ ਇਹ ਆ ਨਾ ਵੀ ਹੀਟ ਫਿਰ ਜਿਹੜੇ ਪਾਸੇ ਉਧਰੋਂ ਸੜ ਜਾਣਾ ਸੀਗਾ ਤਾਂ ਆਪਾਂ ਨੇ ਪਲਟਦਾ ਇਹ ਮਿੱਠੇ ਵਾਲੇ ਦਾ ਮੈਨੂੰ ਆਹੀ ਗੱਲ ਵਧੀਆ ਲੱਗਦੀ ਹੈ ਛੇਤੀ ਪਲਟਿਆ ਜਾਂਦਾ ਹੈਗਾ ਨਾਨ ਸਟਿੱਕੀ ਤੇ ਇਹਦੇ ਤੇ ਵੀ ਇਹ ਇੰਡੀਅਨ ਪੈਨ ਕੇਕ ਨੇ ਹਨਾ ਇਹੀ ਸਹੀ ਗੱਲ ਆ ਹੁਣ ਸੇਮ ਮੈਪਲ ਸਿਰਪ ਨਾਲ ਖਾਂਦੇ ਨੇ ਆਪਾਂ ਖਾਣੇ ਆ ਖੀਰ ਦੇ ਨਾਲ ਚੱਲ ਇਹ ਤਾਂ ਥੋੜਾ ਜਿਹਾ ਹੁੰਦਾ ਬੰਦੇ ਨੂੰ ਵੀ ਉੱਠੋਗਾ ਜਾਂ ਨਹੀਂ ਕਿਉਂਕਿ ਹੀਟ ਦਾ ਥੋੜਾ ਜਿਹਾ ਚੱਕਰ ਹੁੰਦਾ ਨਾ ਬਾਅਦ ਵਿੱਚ ਤਾਂ ਬੰਦੇ ਦਾ ਹੌਸਲਾ ਵਾ ਜਾਂਦਾ ਵੀ ਕੋਈ ਨਾ ਸੌਖੇ ਆ ਕੰਮ ਫੱਟੇ ਚੱਕ ਦਾਂਗੇ ਇਹਨਾਂ ਦੇ ਫਰਕ ਤਾਂ ਹੈਗਾ ਹੀ ਆ ਕਿਤੇ ਚੀਜ਼ ਅੱਗ ਨਾਲ ਪੱਕਣੀ ਆ ਕਿਤੇ ਹੀਟ ਨਾਲ ਪੱਕਣੀ ਆ ਇੱਕ ਤਰੀਕੇ ਨਾਲ ਜੇ ਪਹਿਲਾਂ ਬਣ ਗਿਆ ਮਤਲਬ ਕਿ ਅਗਲੇ ਵੀ ਬਣ ਜਾਣਗੇ ਚਲੋ ਵੀ ਪਹਿਲਾ ਪੂੜਾ ਆਪਣਾ ਤਿਆਰ ਆ ਵਧੀਆ ਬਣ ਗਿਆ ਨਾਟ ਬੈਡ ਨਾਟ ਬੈਡ ਥੋੜਾ ਜਿਹਾ ਸ਼ੱਕਰ ਦਾ ਕਲਰ ਹੋਰ ਆ ਨਾ ਰੈੱਡ ਜਿਹਾ ਕਲਰ ਆ ਰਿਹਾ ਕੈਮਰੇ 'ਚ ਬੜਾ ਉਹ ਲੱਗ ਰਿਹਾ ਅਸਲ ਨਾਲੋਂ ਵੀ ਬੜਾ ਵਾਈਬ੍ਰੈਂਟ ਜਿਹਾ ਲੱਗ ਰਿਹਾ ਰੰਗ ਪੂਰਾ ਐਨ ਇਹ ਜਿਵੇਂ ਭਰਿਆ ਹੁੰਦਾ ਰੰਗ ਵਿੱਚ ਬੜਾ ਸੋਹਣਾ ਲੱਗ ਰਿਹਾ ਵਾ ਰੈੱਡ ਜਿਹਾ ਕਲਰ ਲੱਗ ਰਿਹਾ ਥੋੜਾ ਜਿਹਾ ਦੂਜਾ ਜੀ ਸੇਮ ਹੀ ਬਸ ਉਵੇਂ ਹੁਣ ਤਾਂ ਕਾਫੀ ਲੋਕ ਘੱਟ ਬਣਾਉਣ ਲੱਗੇ ਪਹਿਲਾਂ ਬਹੁਤ ਆਹ ਬੜਾ ਗੋਲ ਬਣਿਆ ਨਾ ਇਹ ਵਧੀਆ ਬਣਿਆ ਚਲ ਬਸ ਬੜਾ ਨਾ ਫੇਰ ਸ਼ੇਪ ਖਰਾਬ ਹੋ ਜਾਣੀ ਆ ਨਹੀਂ ਹੁਣ ਕਰਨਾ ਹੀ ਪੈਣਾ ਮੋਟਾ ਤਾਂ ਨਹੀਂ ਕਰਨਾ ਅੱਜ ਕੱਲ ਟ੍ਰੈਂਡ ਕਾਫੀ ਘਟ ਗਿਆ ਨਾ ਚੀਜ਼ਾਂ ਦੇ ਅੱਜ ਕੱਲ ਵੈਸਟਰਨ ਚੀਜ਼ਾਂ ਨੇ ਆ ਗਏ ਇਹਨਾਂ ਦੀ ਥਾਂ ਲੈ ਲਈ ਬਟ ਨਾ ਉਹ ਵੀ ਮਿੱਠੇ ਦੀ ਗੱਲ ਕਰੀਏ ਜੇ ਆਪਾਂ ਮਿੱਠੇ 'ਚ ਜਿਵੇਂ ਹੁਣ ਪੈਨ ਕੇਕ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ ਬਟ ਇਹ ਵੀ ਜ਼ਰੂਰ ਰੱਖਣੀਆਂ ਚਾਹੀਦੀਆਂ ਨੇ ਵੀ ਸਵਾਦ ਲੱਗਦੇ ਨੇ ਬਹੁਤ ਜ਼ਿਆਦਾ ਆਖਰੀ ਵਾਲਾ ਪੂੜਾ ਬਣਾ ਲਿਆ ਜੀ ਜਿਵੇਂ ਸੀਗੇ ਸਾਰੇ ਕੋਈ ਬਣ ਗਏ ਅਤੇ ਆਖਰੀ ਵਾਲੇ ਥੋੜ੍ਹੇ ਵੱਡੇ ਬਣਾ ਲਏ ਕਿਉਂਕਿ ਛੋਟੇ ਬਣਾਉਂਦੇ ਫਿਰ ਉਹ ਬਣ ਵੀ ਬਹੁਤ ਜਾਣੇ ਸੀ ਟਾਈਮ ਵੀ ਬਹੁਤ ਲੱਗ ਜਾਣਾ ਸੀ ਆਪਣੇ ਜੀ ਮੋਰ ਦੈਨ ਇਨਫ 9 ਬਣ ਗਏ ਅਤੇ ਲਾਸਟ ਵਾਲਾ ਉੱਧਰ ਬਿਗ ਬੌਸ ਬਿਗ ਗਾਏ ਬਿਗ ਸ਼ੋ ਤਿਆਰ ਹੋ ਰਿਹਾ ਵਾ ਅਤੇ ਸਾਰੀ ਖਾ ਲੈਣੇ ਆਪਾਂ ਫਿਰ ਅੱਜ ਫਿਰ ਆਖਰੀ ਦਿਨ ਆ ਫਿਰ ਮੋਟੀਵੇਟ ਆ ਪੂਰਾ ਇਸ ਟਾਈਮ ਮੇਰੀ ਪੂਰੀ ਮੋਟੀਵੇਸ਼ਨ ਸਾਰੇ ਖਾਦੇ ਨਹੀਂ ਪਰ ਪਤਾ ਮੋਟੀਵੇਸ਼ਨ ਕਿੱਥੇ ਮੇਰੀ ਮਰ ਰਹੀ ਆ ਆ ਖੀਰ ਦਾ ਪਤੀਲਾ ਜਿਹੜਾ ਐਡਾ ਵੜਾ ਬਣਾਇਆ ਹੋਇਆ ਇਹ ਹੁਣ ਮਹਿਕ ਤਾਂ ਗੱਲੀ ਵਿਚਾਰੀ ਕਿਵੇਂ ਖਾਊਗੀ ਮੈਨੂੰ ਹੈਲਪ ਕਰਾਉਣੀ ਪੈਣੀ ਆ ਨਾਲੇ ਜੀ ਪੂਰਾ ਤਕੜਾ ਜੀ ਆਪਣਾ ਡਿਨਰ ਹੋਊਗਾ ਅੱਜ ਇਹ ਤੋਂ ਬਾਅਦ ਅੱਜ ਮੈਂ ਸੋਚਿਆ ਸੀ ਵੀ ਕੁਛ ਹੋਰ ਬਣਿਆ ਹੋਇਆ ਤਾਂ ਬਾਅਦ 'ਚ ਆਈਸਕ੍ਰੀਮ ਖਾ ਲੂੰਗਾ ਵੀ ਉਹ ਮੁਕਾ ਦੂੰਗਾ ਫਿਰ ਮੇਰਾ ਜਦ ਘਰ ਹੋਊਗੀ ਤਾਂ ਮੈਂ ਆਪਣੇ ਅਗਲੇ ਹਫ਼ਤਿਆਂ ਵਿੱਚ ਨਹੀਂ ਖਾਊਂਗਾ ਜਦ ਮੈਂ ਆਪਣੀ ਡਾਇਟ ਠੀਕ ਰੱਖਣੀ ਆ ਅਤੇ ਬਟ ਹੁਣ ਆਲਰੇਡੀ ਡਬਲ ਮਿੱਠਾ ਹੋ ਗਿਆ ਆਪਾਂ ਇੰਜੋਏ ਕਰਦੇ ਹਾਂ ਜੀ ਮੈਂ ਕਿਹਾ ਨਾਲ ਅੰਬ ਦਾ ਚਾਰ ਲਈ ਤਾਂ ਡੈਡ ਵੀ ਲੈਂਦੇ ਹੁੰਦੇ ਨੇ ਮੈਂ ਵੀ ਥੋੜ੍ਹਾ ਜਿਹਾ ਤੋਂ ਲੈ ਲੈਣਾ ਵਾ ਉਹ ਵੀ ਵਧੀਆ ਲੱਗਦਾ ਕਾਫੀ ਖੀਰ ਬੜੀ ਜ਼ਿਆਦਾ ਸਵਾਦ ਆ ਕਿਹੜੇ ਬੰਦੇ ਯਾਰ ਇਹ ਕੰਬੀਨੇਸ਼ਨ ਬਣਾਇਆ ਵੀ ਮਿੱਠੇ ਪੂੜਿਆਂ ਦੇ ਨਾਲ ਮਿੱਠੀ ਖੀਰ ਖਾਓ ਇਹ ਪੂੜੇ ਜਿਹੜੇ ਮੈਨੂੰ ਲੱਗਦਾ ਹੁੰਦਾ ਇਹ ਲੱਗਦਾ ਵੀ ਜਿਵੇਂ ਅੱਜ ਰਾਤ ਨੂੰ ਰੱਖ ਲਈਏ ਸਵੇਰੇ ਚਾਹ ਨਾਲ ਇੱਕ ਅੱਧਾ ਰਾਤ ਦਾ ਪਿਆ ਹੋਵੇ ਨਾ ਉਹ ਖਾਣਾ ਬੜਾ ਜ਼ਿਆਦਾ ਸਵਾਦ ਲੱਗਦਾ ਹੁੰਦਾ ਵਾ ਮਾਲ ਪੂੜਿਆਂ 'ਚ ਮਿਹਨਤ ਮੇਰੇ ਖਿਆਲ 'ਚ ਥੋੜ੍ਹੀ ਜ਼ਿਆਦਾ ਤਾਂ ਚਾਹੀਦੀ ਹੈ ਅਤੇ ਸਕਿੱਲ ਵੀ ਸ਼ਾਇਦ ਜ਼ਿਆਦਾ ਚਾਹੀਦੀ ਹੋਵੇ ਉਹ ਬਹੁਤ ਵਾਰ ਖਿੰਡ ਜਿਹਾ ਜਾਂਦਾ ਬੰਦੇ ਮੈਂ ਦੇਖਿਆ ਵਾ ਸਾਡੇ ਇੱਕ ਵਾਰ ਇੱਥੇ ਲੰਗਰ 'ਚ ਬਣਾਏ ਸੀ ਉਦੋਂ ਮੈਂ ਪਹਿਲੀ ਵਾਰ ਬਣਦੇ ਦੇਖੇ ਸੀ ਮੈਂ ਹੈਰਾਨ ਹੋ ਗਿਆ ਸੀ ਮੈਂ ਕਿਹਾ ਯਾਰ ਵੀ ਆ ਬਿਨਾਂ ਕਿਸੇ ਚੀਜ਼ ਤੋਂ ਬਣਾਈ ਜਾ ਰਹੇ ਨੇ ਪਰ ਹੁਣ ਮੈਨੂੰ ਹੋਰ ਹੈਰਾਨ ਨਹੀਂ ਹੁੰਦੇ ਵੀ ਬਣਾਉਣੇ ਇੰਨੇ ਔਖੇ ਹੁੰਦੇ ਨੇ ਅਤੇ ਇੰਨੀ ਸੰਗਤ ਲਈ ਜੇ ਬਣਾਉਣੇ ਹੁਣ ਹੋਰ ਕਿੰਨੇ ਔਖੇ ਹੋਣਗੇ ਪਰ ਉਹਦੇ 'ਚ ਇਹ ਹੁੰਦਾ ਕਿ ਉਹ ਕੜਛੀ ਨਾਲ ਪਾਉਣੇ ਆ ਉਹਦੇ 'ਚ ਦੂਜਾ ਐਫਰਟ ਨਹੀਂ ਲੱਗਦਾ ਹੈਗਾ ਅਤੇ ਕਈ ਬੰਦੇ ਇਹਦੇ ਵਿੱਚ ਕੜਾਹ ਵੀ ਪਾ ਲੈਂਦੇ ਨੇ ਆਪਣੀ ਖੀਰ ਦੇ ਵਿੱਚ ਉਹ ਵੀ ਬਹੁਤ ਸਵਾਦ ਲੱਗਦਾ ਵਾ ਨਾਲ ਪਾਇਆ ਹੋਇਆ ਈਵਨ ਪੂਰੀਆਂ ਦੇ ਨਾਲ ਵੀ ਉਹ ਖਾਧਾ ਬਹੁਤ ਸਵਾਦ ਲੱਗਦਾ ਜੇ ਖੀਰ ਨਾ ਬਣਾਉਂਦੇ ਜਿਵੇਂ ਤੁਹਾਡੀ ਗੱਲ ਨਾ ਮੰਨ ਕੇ ਖੀਰ ਨਾ ਬਣਾਉਂਦੀ ਦੇਖ ਲਓ ਆਪਾਂ ਕਿੰਨੀ ਸਵਾਦ ਚੀਜ਼ ਤੋਂ ਬਿਨਾਂ ਰਹਿ ਜਾਣਾ ਸੀਗਾ ਅਤੇ ਇਹਨੂੰ ਹੁਣ ਖੀਰ ਵੀ ਲਾਉਣੀ ਆ ਅਚਾਰ ਨਾਲ ਹਾਂਜੀ ਅਚਾਰ ਇਹਨੂੰ ਮਿੱਠਾ ਚਾਹੀਦਾ ਹੋਣਾ ਅਤੇ ਜਿਹੜਾ ਮਰਜ਼ੀ ਅੰਬ ਦੇ ਨਾਲ ਹੀ ਖਾਂਦੇ ਨੇ ਜ਼ਿਆਦਾ ਹਾਂਜੀ ਵੱਧ ਸਵਾਦ ਆਉਂਦਾ ਨਾ ਵਧੀਆ ਲੱਗਦਾ ਦੇ ਮਿਲੋ ਜਾਂ ਸੱਚ ਇਹ ਮੁੱਲ ਦਾ ਅਚਾਰ ਆ ਨਾ ਉਰੇ ਫਲੇਵਰ ਜਿਹਾ ਜ਼ਿਆਦਾ ਹੀ ਉਹ ਫੈਲ ਜਾਂਦਾ ਮੂੰਹ 'ਚ ਇੱਥੇ ਮਸਾਲਾ ਜ਼ਿਆਦਾ ਆ ਅਚਾਰ ਘੱਟ ਆ ਇਹ ਤਾਂ ਹੁਣ ਦਾਦੀ ਅੰਮਾ ਹੁਣੇ ਬਣਾਉਂਦੀਆਂ ਹੁੰਦੀਆਂ ਨੇ ਛੋਟੇ ਹੁੰਦੇ ਨੂੰ ਮੈਨੂੰ ਇਹ ਚੀਜ਼ਾਂ ਠੀਕ ਲੱਗਦੀਆਂ ਸੀ ਮਤਲਬ ਕਿ ਉਦੋਂ ਹੁੰਦਾ ਸੀ ਕੋਈ ਹੋਰ ਚੀਜ਼ ਹੁਣ ਮੈਨੂੰ ਹੁੰਦਾ ਵੀ ਇਹ ਚੀਜ਼ਾਂ ਜ਼ਿਆਦਾ ਹੈਗੀ ਅੰਬ ਦਾ ਅਚਾਰ ਪਾਉਣਾ ਸੀਗਾ ਪਰ ਉਹਦੇ ਕੱਟਣ ਦਾ ਬਹੁਤ ਔਖਾ ਹਾਂ ਅਸੀਂ ਸੋਚਿਆ ਸੀ ਫਿਰ ਅਸੀਂ ਉੱਥੇ ਦਾ ਇੰਡੀਆ ਦਾ ਕੱਟ ਰੱਖਿਆ ਹੋਇਆ ਸੀ ਡੈਡੀ ਕੱਟ ਦਿੰਦੇ ਸੀ ਉਹਦੇ ਨਾਲ ਵੀ ਉਰੇ ਕਾਹਦੇ ਨਾਲ ਕੱਟੀਏ ਕੱਟਿਆ ਤਾਂ ਜਾਊ ਛੁਰੀ ਛਾਰੀ ਤੇ ਵਧੀਆ ਜਾਂ ਦਾਤ ਜਾਂ ਕੁਛ ਪਰ ਫਿਰ ਉਹਨੂੰ ਐਫਰਟ ਵੀ ਲੱਗਦਾ ਟਾਈਮ ਵੀ ਲੱਗੂ ਐਵੇਂ ਨਾਲੇ ਹੱਥਾਂ ਦੇ ਚੀਰੇ ਚੂਰੇ ਖਾ ਲਾਂਗੇ ਚੀਰੇ ਦਾ ਤਾਂ ਕੋਈ ਨਹੀਂ ਜਿਹੜਾ ਖਾਣ ਦਾ ਸਵਾਦ ਆਉਂਦਾ ਉਹ ਮਿਸ ਕਰ ਰਹੇ ਹਾਂ ਜਿਹੜਾ ਉਹ ਨਹੀਂ ਹੋਊਗਾ ਨਾ ਹੁਣੇ ਮੁੱਲ ਵਾਲੇ 'ਚ ਮਸਾਲਾ ਜ਼ਿਆਦਾ ਮੁੱਲ ਵਾਲੇ 'ਚ ਮਸਾਲਾ ਜ਼ਿਆਦਾ ਪਾ ਦਿੰਦੇ ਥੋੜ੍ਹਾ ਜਿਹਾ ਪੋੜੇ ਖਾ ਲਏ ਜੀ ਖੀਰ ਨਾਲ ਫਿਨਿਸ਼ ਕਰਤੇ ਟਿੱਡ ਭੂਰਾ ਐਨ ਭਰ ਗਿਆ ਅਤੇ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਉਹ ਸ਼ਾਇਦ ਕਈਆਂ ਨੂੰ ਲੱਗਿਆ ਵੀ ਮਜ਼ਾਕ ਕਰ ਰਹੇ ਨੇ
ਅਪ੍ਰੈਲ ਫੁੱਲ ਡੇ ਪਰ ਨਹੀਂ ਜੀ ਆਹ ਦੇਖੋ ਆਪਾਂ ਕੈਲੰਡਰ ਲਾਤਾ ਇਹਦੇ ਉੱਤੇ ਆਪਾਂ ਰੋਜ਼ ਆਪਣੀ ਪ੍ਰੋਗਰੈਸ ਨੋਟ ਕਰਨੀ ਹੈ ਅਤੇ ਉੱਧਰ ਨੋਟਸ ਵਾਲਾ ਵੀ ਹੈ ਪਤਾ ਨਹੀਂ ਕੀ ਲਿਖਾਂਗੇ ਐਟਲੀਸਟ ਘੱਟੋ ਘੱਟ ਵੇਟ ਨੂੰ ਟਰੈਕ ਕਰਾਂਗੇ ਵੀ ਵੇਟ ਕਿਸ ਤਰੀਕੇ ਨਾਲ ਚੱਲ ਰਿਹਾ ਜਾਂ ਹੋਰ ਮੈਜਰਮੈਂਟ ਸਾਡੇ ਕੋਲ ਵੈਸੇ ਉਹ ਨਹੀਂ ਹੈਗਾ ਕੀ ਕਹਿੰਦੇ ਨੇ ਆਪਾਂ ਨੂੰ ਇੰਚੀ ਟੇਪ ਨਹੀਂ ਹੈਗਾ ਅਤੇ ਵਜਨ ਚੁੱਕਣ ਵਾਲੀ ਮਸ਼ੀਨ ਵੀ ਆਪਣੀ ਥੱਲੇ ਪਈ ਆ ਅਤੇ ਮੈਂ ਪਿਛਲੇ ਕੁਛ 5 ਕੁ ਦਿਨਾਂ ਤੋਂ ਐਵਰੇਜ ਵੇਟ ਕੱਢਿਆ ਸੀ ਆਪਣਾ ਮੇਰਾ ਓਨਾ ਕੁ ਹੈਗਾ ਮੈਂ ਦੇਖਦਾ ਵੀ ਮੈਂ 35 ਦਿਨਾਂ ਦੇ ਵਿੱਚ ਕਿੰਨਾ ਕਲੋਜ਼ ਹੁੰਦਾ ਵਾ ਅਤੇ ਬਾਕੀ ਆਪਾਂ ਹੈਲਦੀ ਰੈਸਪੀਜ਼ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਹੁਣ ਜਿਹਨਾਂ ਦੇ ਵਿੱਚ ਜ਼ਿਆਦਾ ਫਰੂਟਸ ਵੈਜੀਟੇਬਲਸ ਅਤੇ ਬਿਨਾਂ ਤੇਲ ਓਇਲ ਤਲੇ ਇਹਨਾਂ ਚੀਜ਼ਾਂ ਤੋਂ ਬਿਨਾਂ ਅਤੇ ਥੋੜ੍ਹੇ ਥੋੜ੍ਹੇ ਪੋਰਸ਼ਨ ਹੋਣਗੇ ਜਿਹਨਾਂ 'ਤੇ ਉਸ ਤਰੀਕੇ ਨਾਲ ਆਪਾਂ ਵੀਡੀਓਜ਼ ਬਣਾਵਾਂਗੇ ਅਤੇ ਮੈਕ ਵੀ ਇਹਦੇ ਵਿੱਚ ਨਾਲ ਹੋਊਗੀ ਪਤਾ ਨਹੀਂ ਹੁਣ ਮੈਨੂੰ ਇਹ ਕਿੰਨੀ ਕੁ ਫੁੱਲੀ ਇਨ ਹੋਊਗੀ ਕਿ ਨਹੀਂ ਹੋਊਗੀ ਮੈਂ ਆਪਣੇ ਵੱਲੋਂ ਹਾਲੇ ਤੱਕ ਫੁੱਲੀ ਇਨਾਂ ਚ ਤੱਕ ਅੱਗੇ ਮੈਨੂੰ ਪਤਾ ਨਹੀਂ ਹੈਗਾ ਵੀ ਮੈਂ ਕੱਲ੍ਹ ਨੂੰ ਕੀ ਕਰੂੰਗਾ ਜਾਂ ਨਹੀਂ ਕਰੂੰਗਾ ਬਟ ਅੱਜ ਮੇਰੀ ਮੋਟੀਵੇਸ਼ਨ ਪੂਰੀ ਹੈ ਪੀਕ 'ਤੇ ਪਹੁੰਚੀ ਹੋਈ ਆ ਅਤੇ ਹੋਪਫੁਲੀ ਇਹ ਮੋਟੀਵੇਸ਼ਨ ਮੈਂ ਸਸਟੇਨ ਕਰਕੇ ਰੱਖੂੰਗਾ ਅਗਲੇ 5 ਹਫ਼ਤਿਆਂ ਲਈ ਉਹ ਤੋਂ ਬਾਅਦ ਫਿਰ ਸ਼ਾਇਦ ਵਜਨ ਵੱਧ ਜਾਵੇ ਉਹਦਾ ਵੀ ਇੱਕ ਰੀਜ਼ਨ ਆ ਤੁਹਾਨੂੰ ਚਲੋ ਫਿਰ ਮਈ ਮਹੀਨੇ ਦੇ ਵਿੱਚ ਪਤਾ ਲੱਗੂਗਾ ਉਹਦਾ ਕੀ ਕਾਰਨ ਆ ਅਤੇ ਦੱਸ ਮੈਂ ਤੂੰ ਵੀ ਨਾਲ ਕੁਛ ਕਰ ਹੈ ਕਿ ਮੈਨੂੰ ਇਕੱਲੇ ਨੂੰ ਕਰਨਾ ਪੈਣਾ ਵਾ ਮੈਂ ਤਾਂ ਪਹਿਲਾਂ ਹੀ ਸ਼ੁਰੂ ਕਰਨ ਲੱਗੀ ਸੀ ਤੁਸੀਂ ਕਿਹਾ ਕਿ ਅਪ੍ਰੈਲ ਤੋਂ ਸ਼ੁਰੂ ਕਰਨਾ ਆ ਮੈਂ ਤਾਂ ਫੇਰ ਸੀਰੀਅਸ ਰਹਿ ਜਾਣਾ ਸਵੇਰੇ ਜਦੋਂ ਮੈਂ ਤੁਹਾਨੂੰ ਪੁੱਛਣਾ ਵੀ ਕੁਛ ਬਣਾਵਾਂ ਫਿਰ ਤੁਸੀਂ ਪੁੱਛੀ ਨਾ ਬਸ ਸਿੱਧੀ ਗੱਲ ਪੁੱਛੀ ਨਾ ਤੇ ਗਰੋਸਰੀ ਬਣਾ ਲਿਆ ਉਹ ਚੀਜ਼ਾਂ ਜਿਹੜੀਆਂ ਮੈਂ ਨਹੀਂ ਖਾਣ ਆਮ ਤੌਰ ਤੇ ਖਾਣੀ ਗਰੋਸਰੀ ਹਮੇਸ਼ਾ ਮੈਂ ਕਦੇ ਵੀ ਨਮਕੀਨ ਕੁਛ ਵੀ ਨਹੀਂ ਐਕਸਟਰਾ ਲੈ ਕੇ ਆਉਂਦੀ ਹੁੰਦੀ ਨਾ ਲਿਆਈ ਕੋਈ ਵੀ ਓਹੋ ਚਿਪਸ ਦਾ ਪੈਕਟ ਪਿਆ ਨਾ ਕੋਈ ਨਾ ਉਹ ਕਿਹੜਾ ਖਰਾਬ ਹੁੰਦਾ ਆ ਮੈਂ ਐਵੇਂ ਫਿਨਿਸ਼ ਕਰਦਾ ਆਈਸਕ੍ਰੀਮ ਪੀਣਾ ਜੀ ਕਰਦਾ ਮੈਂ ਉਹ ਵੀ ਖਾ ਲਾ ਚਾਕਲੇਟ ਪੈਨੇ ਮੇਰਾ ਜੀ ਕਰਦਾ ਮੈਂ ਉਹ ਵੀ ਖਾ ਲਾ ਆ ਦੇਖ ਲਓ ਤੁਸੀਂ ਤੁਹਾਡੀਆਂ ਹੁਣ ਜੇ ਕੱਲ ਨੂੰ ਘਰੇ ਪਿਆ ਰਹੂਗਾ ਤਾਂ ਮੈਂ ਉਹਨੂੰ ਖਾ ਲੂੰਗਾ ਇਸ ਤੁਹਾਡੇ ਪਸੰਦ ਦੀਆਂ ਮੈਂ ਉਹਨਾਂ ਨੂੰ ਪਹਿਲਾਂ ਹੀ ਮੰਗਾ ਤੁਹਾਡੇ ਪਸੰਦ ਦੀਆਂ ਚੀਜ਼ਾਂ ਵੱਧ ਨੇ ਮੈਂ ਤਾਂ ਇਕੱਲੀ ਦਾਲ ਰੋਟੀ ਵਾਲੀਆਂ ਹੀ ਆ ਤੇ ਵੈਸੇ ਮੇਰਾ ਮੈਕਸਿਮਮ ਵੇਟ ਨਹੀਂ ਹੈਗਾ ਮੈਕਸਿਮਮ ਵੇਟ ਜਿਹੜਾ ਮੇਰਾ ਸੀਗਾ ਉਹ ਇਹਦੇ ਨਾਲੋਂ ਵੀ ਥੋੜਾ ਜਿਹਾ ਜ਼ਿਆਦਾ ਸੀ ਬਟ ਇਹ ਮੈਕਸਿਮਮ ਦੇ ਬਿਲਕੁਲ ਨੇੜੇ ਨੇੜੇ ਪਹੁੰਚਿਆ ਹੋਇਆ ਵਾ ਸੋ ਹੁਣ ਆਪਾਂ ਲੂਜ਼ ਕਰਨਾ ਜੀ ਤੇ ਮੈਨੂੰ ਐਂ ਪਤਾ ਵਾ ਵੀ ਜਦੋਂ ਦਾ ਥੋੜਾ ਜਿਹਾ ਵੀ ਜ਼ਿਆਦਾ ਥੋੜਾ ਜਿਹਾ ਲੂਜ਼ ਕਰ ਲੈਂਦਾ ਨਾ ਬਹੁਤ ਬੰਦੇ ਕਹਿੰਦੇ ਉਹ ਤੂੰ ਮਾੜਾ ਹੋ ਗਿਆ ਜਾਂ ਪਿਛਲੀ ਵਾਰ ਮਹਿੰਦੇ ਮੈਨੂੰ ਕਰੀਆਂ ਤੂੰ ਤਾਂ ਮਾੜਾ ਹੋ ਗਿਆ ਸੁੱਕ ਮੇਰੇ ਨਾਲ ਵੀ ਇਦਾਂ ਹੀ ਹੁੰਦਾ ਜੇ ਮੈਂ ਵਜ਼ਨ ਘਟਾ ਲੈਣੀ ਆ ਫਿਰ ਮੰਮੀ ਤੇ ਚਾਹ ਕਹਿ ਜਾਂਦੇ ਨੇ ਨਹੀਂ ਬੰਦਾ ਤਾਂ ਭਰਮਾ ਹੀ ਚੱਜਦਾ ਮੁੰਡੇ ਤਾਂ ਐਂ ਵਧੀਆ ਲੱਗਦੇ ਮੰਮੀ ਮੈਨੂੰ ਕਹਿ ਦਿੰਦੇ ਆ ਤੇਰਾ ਮੂੰਹ ਕਹਿੰਦੇ ਆ ਭੋਰਾ ਕਿ ਨਿਕਲ ਆਉਂਦਾ ਦਸਤਾਰ ਨਹੀਂ ਜੱਚਦੀ ਫਿਰ ਅੱਖ ਛੋਟੀ ਲੱਗ ਜਾਂਦੀ ਕੋਈ ਨਹੀਂ ਹੁਣ ਆਪਾਂ ਬਾਡੀ ਨੂੰ ਆਪਾਂ ਵੇਲੇ ਨਹੀਂ ਕਢਾਉਣਾ ਆਪਾਂ ਬਾਡੀ ਦਾ ਰੀਸੈਟ ਮਾਰਨਾ ਹਾਂਜੀ ਤੇ ਆਪਣੀ ਬਾਡੀ ਨੂੰ ਹੈਲਦੀ ਕਰਨਾ ਹੈਲਦੀ ਐਂਡ ਫਿਟ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਵੀਡੀਓਜ਼ ਹੋਪਫੁਲੀ ਲਗਾਤਾਰ ਆਉਂਦੀਆਂ ਰਹਿਣਗੀਆਂ ਅਸੀਂ ਕੁਛ ਇੱਦਾਂ ਦੀਆਂ ਰੈਸਪੀਆਂ ਰੁਸਪੀਆਂ ਬਣਾਉਂਦੇ ਰਹਾਂਗੇ ਅਤੇ ਹੋਰ ਚੀਜ਼ਾਂ ਕਰਦੇ ਰਹਾਂਗੇ ਅਤੇ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਕੋਂਗਰੈਚੁਲੇਸ਼ਨਸ ਕਿਹਾ ਵੀ ਮੰਮੀ ਜੀ ਦੇ ਉਹਦੇ ਬਾਰੇ ਬੁਟੀਕ ਬਾਰੇ ਅਤੇ ਜੇ ਤੁਸੀਂ ਆਰਡਰ ਕਰਨੇ ਹੋਏ ਤੁਸੀਂ ਇੰਸਟਾਗ੍ਰਾਮ 'ਤੇ ਚੈੱਕ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਕੱਲ੍ਹ ਟੌਪ ਕਮੈਂਟ ਦੇ ਵਿੱਚ ਹਾਂ ਕੱਲ੍ਹ ਥੋੜ੍ਹੀ ਪ੍ਰੋਬਲਮ ਹੋ ਗਈ ਸੀ ਉਹ ਲਿੰਕ ਪਾਉਣ ਦੇ ਵਿੱਚ ਉਸੇ ਕਰਕੇ ਉਹ ਖੁੱਲ੍ਹ ਨਹੀਂ ਰਿਹਾ ਸੀਗਾ ਕਮੈਂਟ ਆਏ ਸੀਗੇ ਬਟ ਅੱਜ ਉਹ ਫਿਕਸ ਕਰਤਾ ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।